ਦੋ ਕੁ ਵੀਕ ਰਹਿ ਗਏ ਆ ਫਿਰ ਪੰਜਾਬ ਦੇ ਮੇਲੇ ਆਸਟ੍ਰੇਲੀਆ ਦੇ ਵਿੱਚ ਨਿਊਜ਼ੀਲੈਂਡ ਚ ਕਬੱਡੀ ਕੀ ਪਲੈਨਿੰਗ ਆ ਅੱਗੇ ਪਲੈਨਿੰਗ ਕੁਛ ਨੀ ਬਾਈ ਐਤਕੀ ਮੈਨੂੰ ਲੱਗਦਾ ਮੇਰਾ ਇੰਡੀਆ ਜਾਣ ਦਾ ਬਣਨਾ ਨੀ ਚੱਕਰ ਤੇ ਲਾਸਟ ਈਅਰ ਮੈਂ ਲਵਾਇਆ ਸੀ ਤੇ ਐਤਕੀ ਮੈਂ ਨਿਊਜ਼ੀਲੈਂਡ ਜਾ ਰਿਹਾ ਸਿੱਖ ਗੇਮਾਂ ਦੇ ਤੇ ਹੋ ਸਕਿਆ ਤੇ ਉੱਥੇ ਭਾਜੀ ਹੋਰਾਂ ਨਾਲ ਗੱਲ ਕਰਕੇ ਇੱਕ ਵਰਲਡ ਕੱਪ ਵੀ ਹੋ ਰਿਹਾ ਉਹ ਵੀ ਖੇਡਾਂਗੇ ਤੇ ਨਿਊਜ਼ੀਲੈਂਡ ਦਾ ਸੀਜ਼ਨ ਖੇਡਾਂਗੇ ਉਹ ਤੋਂ ਬਾਅਦ ਆਪਦਾ ਆਫ ਸੀਜ਼ਨ ਸਟਾਰਟ ਕਰਾਂਗੇ ਕਿਉਂਕਿ ਮੈਂ ਐਥਲੈਟਿਕ ਚੋਂ ਆਇਆ ਕਿਉਂਕਿ ਐਥਲੈਟਿਕ ਦੇ ਵਿੱਚ 9 ਮਹੀਨੇ ਆਫ ਸੀਜ਼ਨ ਤੇ 3 ਮਹੀਨੇ ਸੀਜ਼ਨ ਮੈਂ ਵੀ ਚਾਹੁੰਦਾ ਵੀ ਇੱਕ ਠੋਕ ਕੇ ਜੇ 6 ਮਹੀਨਿਆਂ ਦਾ ਆਫ ਸੀਜ਼ਨ ਲਾ ਕੇ ਤੇ ਅਗਲੇ ਸਾਲ ਸੀਜ਼ਨ ਦੀ ਤਿਆਰੀ ਕੀਤੀ ਜਾਵੇ ਤਾਂ ਕਰਕੇ ਮੈਂ ਐਤਕੀ ਆਫ ਸੀਜ਼ਨ ਆਫ ਭਾਲਦਾ ਵੀ ਬਹੁਤ ਬਾਬੇ ਦੀ ਮਿਹਰ ਨਾਲ ਕਿਰਪਾ ਰਹੀ ਮੈਚ ਖੇਡੇ ਆ ਬਹੁਤ ਜ਼ੋਰ ਮਾਰਿਆ ਸਰੀਰ ਤੋੜਿਆ ਤੇ ਹੁਣ ਚਾਹੁੰਦੇ ਵੀ ਆਫ ਸੀਜ਼ਨ ਦੇ ਵਿੱਚ ਇਹਦੀ ਰਿਕਵਰੀ ਕਰੀਏ ਤੇ ਮੈਂਟੇਨ ਜ਼ਰੂਰ ਕਰੀਏ ਜੀ ਵੀਰ ਪਰ ਇਹ ਵਾਇਰਲ ਹੋ ਜਾਣੀ ਆ ਵੀ ਖੁਸ਼ੀ ਪੰਜਾਬ ਨਹੀਂ ਆ ਰਿਹਾ ਉੱਤੇ ਟਾਈਟਲ ਲੱਗ ਲੱਗ ਕੇ ਜਿਹੜੇ ਚੱਲ ਜਾਣੇ ਲੋਕਾਂ ਕੋਲੇ ਹਾਂਜੀ ਬਾਈ ਉਹ ਤਾਂ ਜਾਣੀ ਆ ਪਰਮਾਤਮਾ ਦੀ ਮਿਹਰ ਉਹਨਾਂ ਦੇ ਵਾਇਰਲ ਹੋਣ ਨਾਲ ਹੀ ਆਪਾਂ ਇੱਥੇ ਪਹੁੰਚੇ ਹਾਂ ਨਾ ਜੇ ਉਹ ਆਪਣੀਆਂ ਚਾਹੁਣ ਵਾਲੀਆਂ ਆਪਣੀਆਂ ਚੀਜ਼ਾਂ ਨੂੰ ਨਿੱਕੇ ਨਿੱਕੇ ਚੀਜ਼ਾਂ ਨੂੰ ਵੀ ਵਾਇਰਲ ਕਰਦੇ ਰਹਿੰਦੇ ਆ ਪਰ ਹੁਣ ਕਰੀਏ ਕਿ ਇੱਥੇ ਵੀ ਬਹੁਤ ਜ਼ਿੰਮੇਵਾਰੀਆਂ ਨੇ ਘਰ ਦੀਆਂ ਵੀ ਜ਼ਿੰਮੇਵਾਰੀਆਂ ਨੇ ਹੋਰ ਬਹੁਤ ਕੰਮ ਨੇ ਹੈ ਨਾ ਤਾਂ ਕਰਕੇ ਹੁੰਦਾ ਵੀ ਚਲੋ ਕਬੱਡੀ ਖੇਡਦੇ ਹਾਂ ਇਹ ਮਿਹਨਤ ਕਰਕੇ ਜਿੰਨੀ ਕੁ ਹੈਗੀ ਹੁਣ ਮਿਹਨਤ ਕਰਕੇ ਖੇਡ ਜਾਣੀ ਆ ਕਿਉਂਕਿ ਆਪਾਂ ਯੰਗਸਟਰ ਤਾਂ ਹੈ ਨਹੀਂ ਗੇ ਹੁਣ ਤਾਂ ਬਾਡੀ ਮੇਨਟੇਨੈਂਸ ਵੱਧ ਪਾਲਦੀ ਆ ਤੇ ਗੇਮ ਘੱਟ ਪਾਲਦੀ ਆ ਉਹ ਟਾਈਮ ਹੁੰਦਾ ਵੀ ਗੇਮ ਜ਼ਿਆਦਾ ਮੇਨਟੇਨੈਂਸ ਘੱਟ ਉਹ ਜਵਾਨੀ ਪਹਿਰਦੀ ਆ ਹੁਣ ਤਾਂ ਬਾਡੀ ਨੂੰ ਮੇਨਟੇਨ ਕਰਕੇ ਵੀ ਜਿੰਨਾ ਕੁ ਹੈਗਾ ਵੀ ਉਹਨਾਂ ਚਿਰ ਖੇਡ ਲਾਂਗੇ।